ਮੈਂ ਛੋਟੂ ਨੂੰ ਤਰਨ ਤਾਂ ਆਈ ਹਾਂ ਇੱਧਰ ਤਾਂ ਵੀ ਜਾਈ ਆਈਏ ਕੀ ਦੇਖ ਆਈਏ ਕੀ ਕਹੀਏ ਆ ਗੱਡੀ ਆਪਣੀ ਆਟੋ ਢਾਚਾ ਜਿੱਥੇ ਖੜਾ ਲਿਆ ਆਪੇ ਬੰਦ ਹੁੰਦਾ ਇਹ ਹੁਣ ਤਾਂ ਚੱਲ ਮੇਰੇ ਹੱਥ 'ਚ ਹੋਣਾ ਤੂੰ ਜੇ ਕਿਤੇ ਇਹਨੂੰ ਰੋਕ ਲਈਏ ਇਹ ਹਾਂ ਇਹਨੂੰ ਬੰਦ ਕਰਨ ਦੀ ਟੈਨਸ਼ਨ ਨਹੀਂ ਇਹਨੇ ਖੁਦ ਹੀ ਖੋ ਜਾਣਾ ਬਸ ਇੱਥੇ ਜਾਂਦੇ ਤੱਕ ਖੋ ਜਾਣਾ ਇਹਨੇ क्यों जी मूंगी देव कैसे हो आप मूंगी यार बहुत गबरू हो गई ना मटियार हुई फिरती है ओ बंद ही नहीं होया ले ओ बंद हो जी की कहंदी है मूंगी दा भाई दो टाइम गेड़ा मारना पैंदा बहुत सोल चीज है ये सुंडी पैगी तड़के दे बंदा खेत नहीं आया हथ तकर तड़के नू खाली डंडियां ओ हो गया बंद कलियां आ ही रह जांदियां आह डंडियां जां पत्ते सारे मूंगी खा ओ सुंडी खा जांदी बाद जदों मूंगी बीज ली बंदा टेंशन फ्री नहीं हो सकता जे जा ताजा जम्मिया जवाक पाल लिया ओही जी मूंगी पाल ली दोनों सेम चीजां पैरलर ਸੁੰਡੀ ਖਾਂਡੀ ਤਾਂ ਘੱਟ ਆ ਤਾਂ ਪੁਰਾਣੇ ਪੱਤੇ ਖਾਧੇ ਆ ਚੱਲ ਮੈਂ ਧਿਆਨ ਨਾਲ ਗੇੜਾ ਮਾਰ ਲਾਂ ਫਿਰ ਮਿਲਦੇ ਆਪਾਂ ਮੂੰਗੀ 'ਚ ਨਾ ਆ ਇੱਥੋਂ ਬੀਜਣੀ ਸਟਾਰਟ ਕਰੀ ਸੀ ਆਪਾਂ ਇੱਧਰ ਬੀਜ ਜ਼ਿਆਦੇ ਆ ਇੱਧਰ ਤਾਂ ਪੈ ਗਿਆ ਮੇਰੇ ਹਿਸਾਬ ਨਾਲ ਸ਼ੁਰੂ ਸ਼ੁਰੂ 'ਚ ਡੇਢ ਕੁ ਕਿਆਰੇ 'ਚ 22-23 ਕਿਲੋ 24 ਕਿਲੋ ਹੀ ਪੈ ਗਿਆ ਦੂਜੇ ਸਾਰੇ ਬਾਂਹ 'ਚ 17 ਕਿਲੋ ਪਾਇਆ ਫਿਰ ਜਿੰਨਾ ਜ਼ਿਆਦਾ ਬੀਜ ਉੱਨੀ ਜ਼ਿਆਦਾ ਸੁੰਡੀ ਪੈ ਜਾਂਦੀ ਜ਼ਿਆਦਾ ਵਾਲੇ 'ਚ ਤਾਂ ਹੈ ਨਹੀਂ ਫਿਰ ਉੱਧਰ ਘੱਟ ਵਾਲੇ 'ਚ ਵੀ ਜਾਂਦੇ ਹਾਂ ਉੱਧਰ ਤਾਂ ਕੀ ਹੋਣੀ ਆ ਇੱਕ ਮੂੰਗੀ ਉਹ ਗਾਹਾਂ ਥੱਲੇ ਨੀਵੇਂ ਬਾਂਹ 'ਚ ਆਪਾਂ ਕਣਕ ਦੇ ਵੱਢ 'ਚ ਬੀਜੀ ਆ ਉਹਦਾ ਵੀ ਰੀਵਿਊ ਹੁਣ ਕਰ ਹੀ ਲੈਂਦੇ ਇਹ ਬਸ ਐਂ ਹੁੰਦਾ ਦੁਪਹਿਰਾ ਜੇ ਤਾਂ ਬੰਦਾ ਅੰਤ ਘਰੇ ਆ ਤਾਂ 4-4:30 ਨਹੀਂ ਨਿਕਲ ਸਕਦਾ 4-4:30 ਤੱਕ ਰੂਮ 'ਚੋਂ ਨਹੀਂ ਨਿਕਲ ਸਕਦਾ ਜੇ ਕਿਤੇ ਬਾਈ ਚਾਂਸ ਧੱਕਾ ਧੁੱਕਾ ਦੇ ਕੇ ਗੱਡੀ ਕਰਤੀ ਸਟਾਰਟ ਫਿਰ ਗੱਡੀ ਤੁਰੀ ਫਿਰਦੀ ਹੈ ਫਿਰ ਬੰਦਾ ਉਹੋ ਜਿਹਾ ਹੋ ਜਾਂਦਾ ਨਾ ਅੱਧੀ ਧੁੱਪ ਵੀ ਮੂੰਗੀ ਤਾਂ ਹੈਗੀ ਆ ਗੱਡਮੀ ਪੂਰੀ ਬਸ ਗੌਰ ਨਾਲ ਸਪਰੇਹਾਂ ਸਪਰੂਹਾਂ ਹੋ ਜਾਣ ਸਪਰੇਹਾਂ ਤਾਂ ਬਈ ਇਹ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਕਈ ਬੰਦੇ ਆਏ ਤਾਂ ਘਟਨਾ ਸਾਰ ਲੈਂਦੇ ਯਕੀਨ ਨਹੀਂ ਆਉਣਾ ਸੁਣ ਕੇ 4 ਤਾਂ ਸੁੰਡੀ ਵਾਲੀਆਂ ਹੋ ਜਾਂਦੀਆਂ ਫਿਰ ਕਿਤੇ ਫੰਗੀ ਸਾਈਡ ਕਰ ਲਓ ਕਿਤੇ ਆ ਜੂੰਜੀ ਵਾਲੀ ਅੱਡ ਹੁੰਦੀ ਹੈ ਇਹ ਕਰ ਲਓ ਫਿਰ ਗਰੋਥ ਪ੍ਰਮੋਟਰ ਕਰ ਲਓ ਫਿਰ ਇਹਦੀ ਗਰੋਥ ਹੱਫਲਦੀ ਹੁੰਦੀ ਆ ਜਦੋਂ ਪਾਣੀ ਪੂਣੀ ਲਾਉਣੇ ਤੀਜਾ ਰੋਕਣ ਵਾਲੀ ਕਰ ਲਓ ਇਹਨੂੰ ਲਿਹੋਸਿਨ ਵਗੈਰਾ ਫਲ ਚੁਕਾਉਂਦੀ ਹੈ ਜਿਹੜੀ ਬੂਟਾ ਰੋਕ ਦਿੰਦੀ ਆ ਫਲ 'ਤੇ ਧਿਆਨ ਦੇ ਦਿੰਦੀ ਆ ਉਹ ਜਿਵੇਂ ਸਜੈਂਟਾ ਦੀ ਆਉਂਦੀ ਆ ਸ਼ਾਇਦ ਪਰ ਕਲਟਰ ਕਰੀ ਸੀ ਇੱਕ ਵਾਰੀ ਇਸ ਤਰ੍ਹਾਂ ਨਾਲ ਸਪਰੇਹਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਔਰ ਰਾਤ ਨੂੰ ਹੀ 7 ਵਜੇ ਤੋਂ ਬਾਅਦ ਰੌਲਾ ਪੈਣ ਲੱਗਾ ਤੜਕੇ ਜਲਦੀ ਉੱਠ ਖੜਿਓ ਢੋਲ ਭਰ ਲਿਓ ਫਲਾਨਾ ਕਰ ਲਿਓ 5:30 ਸਟਾਰਟ ਹੋ ਜਾਈਦਾ ਠੰਡੇ ਠੰਡੇ ਕਰ ਲਈਦੀ ਆ ਧੁੱਪੇ ਸਪਰੇ ਨਹੀਂ ਕਰਦੀ ਅਸਰ ਅਤੇ ਜਿਹੜਾ ਇਹਦਾ ਝਾੜ ਆ ਜਦੋਂ ਆਪਾਂ ਪਹਿਲੇ ਸਾਲ ਲਾਈ ਸੀ ਨਾ 2014-15 'ਚ 6 ਕੁਇੰਟਲ ਸੀ ਉਦੋਂ 6 ਤੋਂ ਚੱਲੇ 7-8 ਅੱਪ ਹੁੰਦਾ ਪਿਛਲੇ ਸਾਲ ਤਾਂ ਬਾਹਲਾ ਹੀ ਹੋ ਗਿਆ ਮਤਲਬ 13 ਕੁਇੰਟਲ ਹੋ ਗਿਆ ਸੀ ਬਾਕੀ ਮੂੰਗੀ ਦਾ ਇਹ ਨਹੀਂ ਪਤਾ ਹੁੰਦਾ ਜਿਵੇਂ ਹੁਣ ਬਾਹਲੀ ਸਿਰਾਂ ਲੱਗਦਾ ਸਿਰਾ ਉਹ ਉਦੋਂ ਨੂੰ ਘੱਟ ਕੁੱਟ ਜੇ ਮਾੜੀ ਦਾ ਵੱਧ ਜੇ ਇਹ ਤਾਂ ਇਹਦੇ ਹੱਫਲਣ 'ਤੇ ਡਿਪੈਂਡ ਹੁੰਦਾ ਇੱਕ ਅੱਧੀ ਥਾਂ 'ਤੇ ਹੋਰ ਬਹਿ ਕੇ ਦੇਖ ਲਈਏ ਕਾਹਨੂੰ ਮਿਦਣੀ ਆ ਬਾਹਲੀ ਹੈਲੋ ਸੁੰਡੀ ਜੇ ਤੁਸੀਂ ਬੈਠੇ ਹੋ ਤਾਂ ਉੱਪਰ ਆ ਜਾਓ ਭੈਣ ਜੀ ਕਿਰਪਾ ਕਰਕੇ ਫਿਰ ਕੱਲ੍ਹ ਨੂੰ ਡਾਂਗਾ ਲੈ ਕੇ ਆਵਾਂਗੇ ਤੁਹਾਡਾ ਸਿਰ ਕੁੱਟ ਜਾਵਾਂਗੇ ਫਿਰ ਸਾਨੂੰ ਇੱਕ ਇਹ ਪਤਾ ਨਹੀਂ ਕੀ ਪੁੱਠੀ ਗੱਲ ਹੈ ਜੇ ਸੁੰਡੀ ਨਹੀਂ ਪਈ ਤਾਂ ਵਧੀਆ ਹੀ ਹੁੰਦਾ ਐਂ ਹੁੰਦਾ ਜੇ ਗੇੜਾ ਮਾਰਨ ਆਇਆ ਥਿਆਵੇ ਹੁਣ ਸੁੱਕਾ ਜਾਣ ਦਾ ਨਜ਼ਾਰਾ ਨਹੀਂ ਆਉਂਦਾ ਵੀ ਮਿਲ ਗਈ ਭਾਈ ਸਪਰੇਅ ਕਰਨ ਆਵਾਂਗੇ ਐਂ ਨਹੀਂ ਦਿੰਦੀ ਯਾਰ ਮੈਨੂੰ ਫੋਨ ਬੰਦ ਕਰਕੇ ਦੇਖਣੀ ਮੈਨੂੰ ਲੱਗਦਾ ਮੈਂ ਪੁੱਠੇ ਟਾਈਮ 'ਤੇ ਗੇੜਾ ਮਾਰਨ ਲੱਗ ਗਿਆ ਦੁਪਹਿਰੇ ਸੁੰਡੀ ਘਰੇ ਗਈ ਵੀ ਹੋਊਗਾ ਆਪਦੇ ਨਹੀਂ ਦਿਸੀ ਨਹੀਂ ਬਾਕੀ ਯਾਰ ਸਪਰੇਅ ਕਰੀ ਨੂੰ ਕੋਈ ਖਾਸ ਟਾਈਮ ਨਹੀਂ ਹੋਇਆ 10 ਕੁ ਦਿਨ ਹੀ ਹੋਏ ਹੋਣਗੇ ਬਾਕੀ ਇਹ ਪੱਖ ਹੁੰਦਾ ਸੁੰਡੀ ਦਾ 15 ਦਿਨਾਂ ਦਾ 15 ਦਿਨ ਤਾਂ ਜਮ੍ਹਾਂ ਨਹੀਂ ਪੈਂਦੀ 15 ਦਿਨ ਪੈਂਦੀ ਆ ਮਹੀਨੇ 'ਚੋਂ ਹੁਣ ਇਹ ਪਤਾ ਨਹੀਂ ਕੌਣ ਸਾ ਪੱਖ ਚੱਲ ਰਿਹਾ ਹੈ ਕੌਣ ਸਾ ਨਹੀਂ
ਇਹ ਤਾਂ ਚੱਲ ਹੁਣ ਵੱਡੀ ਆ, ਪਰ ਨਿੱਕੀ ਨੂੰ ਦੇਖਣਾ ਨਿੱਕੀ ਓਏ ਆਹ ਪਾਣੀ ਕਿਹੜਾ ਪਾ ਗਿਆ, ਇਹ ਤਾਂ ਸੱਤਿਆਨਾਸ਼ ਹੋਜੂ ਖੂੰਜੇ ਦਾ। ਹੋਲਡ ਵਾਰੀ 1 2 3 4। ਹੈਲੋ ਨਿੱਕੀ ਮੁੰਗੀ, ਵਾਟ ਯੂ ਅਪ ਟੂ? ਨਿੱਕੀ ਮੁੰਗੀ ਦੀ ਹਾਲਤ ਥੋੜ੍ਹੀ ਜਿਹੀ ਧੁੰਦਲੀ ਲੱਗਦੀ ਹੈ ਬਾਹਲਾ ਕੰਮਾਂ ਦੇ। ਕਿਤੇ ਮੈਨੂੰ ਥੋੜ੍ਹਾ ਜਿਹਾ ਜ਼ੋਰ ਦੇਣਾ ਪਊ ਨਿਗਾਹ 'ਤੇ। ਉਹ ਯਾਰ ਲੰਘਣ ਨੂੰ ਥਾਂ ਹੀ ਹੈ ਨਹੀਂ, ਸਾਰਾ ਗਿੱਲੀ ਗਿੱਲੀ, ਭੱਜ ਕੇ ਆਉਣਾ ਪਊ। ਓ ਹੋ ਹੋ, ਇਹਦਾ ਜਮੀ ਚਿੱਟੀ ਹੋਈ ਪਈ ਆ। ਖੜ ਜਾਓ। ਉਹ ਭਰਾਵਾ ਇਹਦੀ ਸਟੋਰੀ ਤਾਂ ਦਿਲ ਫੇਲ ਕਰਨ ਵਾਲੀ ਹੋਈ ਪਈ ਆ। ਇਹ ਤਾਂ ਜਮੀ ਪੱਤਿਆਂ ਦਾ ਤਾਂ ਫੂਸ ਬਣਿਆ ਪਿਆ, ਇੰਨੀ ਕਿਵੇਂ ਉਹਦੇ ਮੈਂ ਆਇਆ ਨਹੀਂ ਸਵੇਰੇ ਕਰਾਉਣ, ਪਰਸੋਂ ਕਰਕੇ ਗਿਆ ਮੇਰੇ ਹਿਸਾਬ ਨਾਲ। ਉਦੋਂ ਪਹਿਲਾਂ ਤਾਂ ਫਿਰ ਇਹਦਾ ਕੰਮ ਹੋ ਗਿਆ ਸੀ। ਚੱਲ ਇਹਦਾ ਕੋਈ ਚੱਕਰ ਨਹੀਂ, ਪੱਤੇ ਕੱਢਦੀ ਰਹਿੰਦੀਆਂ, ਨਵੇਂ ਪੱਤੇ ਵਿੱਚੋਂ ਹੀ ਨਹੀਂ ਆ ਰਹੇ ਹਜੇ, ਧੱਕਾ ਲੱਗ ਗਿਆ ਇਹਨੂੰ, ਇੱਥੇ ਨਹੀਂ ਆਉਂਦੀ। ਮੈਂ ਸ਼ਾਮੇ ਜਾ ਕੇ ਬੂਟੇ ਪੱਟ ਕੇ ਲੈ ਕੇ ਜਾਂਦਾ, ਸ਼ਾਮੇ ਜਾ ਕੇ ਫੋਨ ਦੇ ਵਿੱਚ ਆਊਗੀ। ਓਹੋ, ਜਿੰਨਾ ਉਹਨੇ ਖੁਸ਼ ਕਰਿਆ ਸੀ ਉੱਧਰਲੀ ਨੇ, ਇਹਨੇ ਉਹਨਾਂ ਡੀਐਕਟੀਵੇਟ ਕਰਤਾ। ਇਹਦਾ ਬਾਣ ਵੀ ਜ਼ਿਆਦੇ ਆ। ਹੋ ਇੱਕ ਕਿਆਰਾ ਜਿਹਾ ਜਖੀਰੇ ਨਾਲ ਬਾਹਲਾ ਹੀ ਹਰਾ ਭਰਾ ਹੋਇਆ ਪਿਆ, ਉੱਥੇ ਕੀ ਗੱਲਬਾਤ ਹੋ ਗਈ? ਇਹ ਜਖੀਰੇ ਨਾਲ ਵੀ ਨਹੀਂ ਪਤਾ ਲੱਗਦਾ, ਛੋਟੀ ਫਸਲ ਤਾਂ ਬਾਹਲੀ ਤੇਜ਼ ਵੱਧਦੀ ਆ, ਜਦੋਂ ਵੱਡੀ ਆਉਣ ਲੱਗ ਜਾਵੇ ਸ਼ਪੈਦੇ ਪਾਣੀ ਖਿੱਚਦੇ ਆ, ਫਿਰ ਫਸਲ ਦਬਣ ਲੱਗ ਜਾਂਦੀ। ਕੇਰਾਂ ਤਾਂ ਛਾਵੇਂ ਅੱਫਲ ਦੀ ਹੁੰਦੀ ਆ ਚੀਜ਼, ਝਾੜ 'ਚ ਹੀ ਘੱਟ ਜਾਂਦੇ ਹੂੰ। ਮੈਂ ਤਾਂ ਅਸੀਂ 2-4 ਕਹਿ ਰਹੇ ਹਾਂ, ਸਾਰਾ ਬਾਹਣ ਇੱਕੋ ਜਿਹਾ ਹੋਇਆ ਪਿਆ ਵੀਰੇ। ਜਾਣਾ ਪਊ ਕਿਸੇ ਲਾਲਾ ਜੀ ਕੋਲੇ ਲੱਗਦਾ ਮੈਨੂੰ। ਸਹੀ ਗੱਲ ਆ ਵੀ ਇੱਥੇ ਬਾਹਲੀ ਹੋ ਗਈ, ਛਾਵਾਂ ਛੂ ਦਾ ਫਰਕ ਪੈ ਗਿਆ ਕੋਈ। ਇਹਨੇ ਤਾਂ ਮੇਰਾ ਬਲੱਡ ਘਟਾ ਤਾ ਪਾਈ ਆ। ਆਹ ਹੁਣ ਕਿੰਨੀ ਆਉਂਦੀ ਆ ਵਿੱਚ, ਇੱਥੇ ਛਾਂ ਆ ਗਈ, ਇੱਥੇ ਦੇਖਦੇ ਹਾਂ। ਆਹ ਦੇਖੋ ਆਹ ਹਾਲ ਹੈ। ਓਏ ਆ ਜਾ ਭਾਈ, ਸਾਰੇ ਪੱਤੇ ਆਏ ਆ, ਆਉਂਦੀ ਕਿਉਂ ਨਹੀਂ? ਆਹ ਹਾਲ ਆ ਦੂਜੇ ਬਾਹਣ ਦਾ ਤਾਂ ਐਂ ਹੋਊਗੀ। ਆਹ ਠੀਕ ਆ, ਇੱਕ ਕਿਆਰੀ ਜੀ ਠੀਕ ਆ, ਬਾਕੀ ਸਾਰਾ ਹਾਂ ਵੀ ਸੱਜਣੋ ਕੀ ਹਾਲ ਚਾਲ ਹੈ? ਕੱਲ੍ਹ ਜਿਹੜੀ ਆਪਾਂ ਮੂੰਗੀ ਦੇਖ ਕੇ ਗਏ ਸੀਗੇ ਦੁਪਹਿਰੇ, ਐਂ ਲੱਗਦਾ ਸੀ ਉਹ ਤਾਂ ਵੀ ਸੁੱਕ ਗਈ, ਇਹ ਤਾਂ ਭਸਮ ਹੋ ਗਿਆ ਕੰਮ, ਕੁਛ ਨਹੀਂ ਬਚਿਆ। ਅਤੇ ਰੱਬ ਨੇ ਰਾਤ ਨੂੰ ਇਹੋ ਜਿਹਾ ਕ੍ਰਿਸ਼ਮਾ ਕਰਿਆ, ਸਵੇਰ ਤੱਕ ਮੂੰਗੀ ਹਰੀ ਭਰੀ। ਤੁਹਾਨੂੰ ਗੱਪ ਲੱਗੂ ਗੱਲ ਦਾ, ਸਾਰੀ ਨੇ ਵਿੱਚੋਂ ਛੋਟੇ ਪੱਤੇ ਚੱਕ ਲਏ ਅਤੇ ਊਂ ਵੀ ਹਰੇ ਬਈ ਮਾਰ ਗਈ। ਅਤੇ ਉਹ ਫਿਰ ਆਪਾਂ ਊਂ ਤਾਂ ਰਾਤ ਬਿਉਂਤ ਕਰ ਲਈ ਸੀ ਵੀ ਚੱਲ ਹੁਣ ਕੰਮ ਤਾਂ ਗਿਆ ਇੱਥੋਂ, ਵੀ ਪਾਣੀ ਛੱਡ ਲੈਂਦੇ ਹਾਂ, ਫਿਰ ਇੱਕ ਅੱਧੀ ਸਪਰੇਅ ਸਕਰੂ ਕਰ ਦਾਂਗੇ ਵੀ ਚੱਲ ਕੀ ਆ ਮੋੜ ਪੈ ਜੇ। ਅਤੇ ਉਹ ਤਾਂ ਹੁਣ ਕੈਮਰੇ 'ਚ ਤਾਂ ਆਉਂਦੀ ਨਹੀਂ, ਇੱਧਰ ਪਾਣੀ ਛੱਡਤਾ ਆਪਾਂ, ਪਾਣੀ ਨਾਲ ਫਿਰ ਵੀ ਫਰਕ ਪੈ ਜੂਗਾ। ਅਤੇ ਕਮਾਲ ਹੀ ਹੋ ਗਿਆ ਵੀ ਜਿਹੜਾ ਮੂੰਗੀ ਦਾ ਜ਼ਹਿਰ ਬਾ ਚੜਿਆ ਸੀਗਾ ਅਤੇ ਉਹ ਸਾਰਾ ਅੱਗੇ ਐਂ ਹੁੰਦਾ ਨਾ ਜੇ ਦੋ ਪੱਤੇ ਕੱਢ ਲਈ ਨਾਲ ਦੀ ਨਾਲ ਛੋਟੇ ਆਉਂਦੇ ਰਹਿੰਦੇ ਆ। ਅਤੇ ਕੱਲ੍ਹ ਤਾਂ ਛੋਟਾ ਕੁਛ ਹੈ ਹੀ ਨਹੀਂ ਸੀ, ਦੂਜੇ ਉਹ ਸਵਾਰ ਰੰਗੇ ਜੇ ਵਿੱਚ ਦੀ ਲੈਮੀਨੇਸ਼ਨ ਵਾਂਗੂ ਦਿਸਣ ਲੱਗ ਗਿਆ ਸੀ। ਅਤੇ ਸਾਰਿਆਂ ਨੇ ਢੰਗੂਰ ਮਾਰ ਲਏ, ਜਮ੍ਹਾਂ ਲਾ ਵੜਦੇ ਹੋ, ਐਂ ਸੀਗਾ ਵੀ 50% ਤਾਂ ਸੁੱਕ ਹੀ ਗਈ, ਵੀ ਕੀ ਆ 50 ਬਚ ਜੇ, ਉਹਦੀ ਵੀ ਉਮੀਦ ਹੈ ਸੀ। ਅਤੇ ਪਰ ਕਮਾਲ ਹੋ ਗਈ ਸਾਰੀ ਚੱਲ ਪਈ, ਰੱਬ ਬੌੜ ਪਿਆ ਤਾਂ ਮਿਹਰਬਾਨ ਹੋ ਗਿਆ। ਚੱਲ ਜਦੋਂ ਆਪਾਂ ਕੋਈ ਵੀ ਕਿਸਾਨ ਕਿਰਤ ਕਰਦਾ ਉਹਦਾ ਨੁਕਸਾਨ ਘੱਟ ਤੋਂ ਘੱਟ ਹੋਵੇ, ਤਾਂ ਹੀ ਤਾਂ ਬਾਬੇ ਨਾਨਕ ਨੇ ਕਿਹਾ ਵੀ ਕਿਰਤ ਕਰੋ ਨਾਮ ਜਪੋ, ਵੀ ਪਹਿਲਾਂ ਕਿਰਤ ਕਰੋ, ਜਦੋਂ ਗੱਡੀ ਖਟਾਰਾ ਹੋ ਜਾਵੇ ਫਿਰ ਨਾਮ ਜਪ ਲਓ। ਇਹ ਦਾਸ ਦੇ ਪਰਸਨਲ ਵਿਚਾਰ ਹੈ, ਕਿਸੇ ਨੇ ਦਿਲ 'ਤੇ ਨਹੀਂ ਲਾਉਣੀ ਗੱਲ ਇਹ। ਚੱਲ 2 ਕਿਆਰੇ ਤਾਂ ਲਾ ਤੇ,
ਕਿ ਆਪਾਂ ਪਾਣੀ ਵੀ ਲਾਉਣਾ ਹੱਥ ਤਿੱਕਰਾਂ 'ਚ।